ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਸਾਰੀ ਸਾਰ ਸੰਗਤ ਨੂੰ ਮੈਂ ਆਪਣੇ ਵੱਲੋਂ ਬੇਨਤੀ ਕਰਦਾ, ਖਾਸ ਕਰਕੇ ਮੇਰੇ ਯੂਥ ਦੇ ਵਰਕਰਾਂ ਨੂੰ, ਕਿ ਜੋ ਇਸ ਸਮੇਂ ਸਥਿਤੀ ਅਕਾਲੀ ਦਲ ਦੇ ਵਿੱਚ ਚੱਲ ਰਹੀ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਮੈਂ ਚਾਨਣਾ ਪਾਉਣਾ ਚਾਹੁੰਦਾ ਕਿ ਜਿਹੜੇ ਵੀ ਬੰਦੇ ਇਸ ਦੀ ਵਿਰੋਧਤਾ ਕਰ ਰਹੇ ਆ ਜਾਂ ਬਾਗੀ ਧੜਾ, ਲੋਕਾਂ ਨੂੰ ਇਹ ਲੱਗ ਰਿਹਾ ਕਿ ਬਾਗੀ ਧੜਾ ਹੋ ਰਿਹਾ, ਉਸ ਦੇ ਵਿੱਚ ਜਿੰਨੇ ਵੀ ਸਤਿਕਾਰਯੋਗ ਆਗੂ ਹੈਗੇ ਆ ਸਾਡੇ, ਬਹੁਤ ਹੀ ਸਤਿਕਾਰਯੋਗ ਵਡੇਰੀ ਉਮਰ ਦੇ ਆਗੂ ਹੈ ਜਿਨ੍ਹਾਂ ਨੇ ਬਹੁਤ ਸਮਾਂ ਸਰਕਾਰਾਂ ਹੰਡਾਈਆਂ ਔਰ ਸਰਕਾਰਾਂ ਨੇ ਮਤਲਬ ਦੇ ਵਿੱਚ ਉਹਨਾਂ ਨੇ ਮਾਣ, ਪਾਰਟੀ ਨੇ ਬਹੁਤ ਉਹਨਾਂ ਨੂੰ ਮਾਣ ਸਤਿਕਾਰ ਬਖਸ਼ਿਆ, ਗਾਂ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਨੂੰ ਬਹੁਤ ਵੱਡੇ ਵੱਡੇ ਪੋਰਟਫੋਲੀਓ ਦੇ ਕੇ ਨਿਵਾਜਿਆ। ਅਤੇ ਅੱਜ ਉਹ ਬੰਦੇ ਜੇ ਪਾਰਟੀ ਦਾ ਔਖੇ ਸਮੇਂ ਸਾਥ ਨਹੀਂ ਦੇ ਸਕਦੇ, ਮੈਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਓ ਸਾਰੇ ਰਲ ਮਿਲ ਕੇ ਆਪਾਂ ਜਿੱਥੇ ਕਿਤੇ ਕੋਈ ਕਮੀਆਂ ਹੈ ਉਹ ਆਪਾਂ ਕਮੀਆਂ ਨੂੰ ਦੂਰ ਕਰੀਏ ਰਲ ਮਿਲ ਕੇ, ਕਿਉਂਕਿ ਜੋਸ਼ ਅਤੇ ਜਿਹੜਾ ਹੈਗਾ ਤਜਰਬਾ, ਵੱਡੇ ਜਿਹੜੇ ਅਕਾਲੀ ਦਲ ਦੇ ਜਿਹੜੇ ਆਗੂ ਹੈ, ਸੀਨੀਅਰ ਆਗੂ ਹੈ ਸਾਡੇ, ਉਹਨਾਂ ਦਾ ਤਜਰਬਾ ਔਰ ਯੂਥ ਅਕਾਲੀ ਦਲ ਦਾ ਜਿਹੜਾ ਹੈਗਾ ਜੋਸ਼, ਇਹਨੂੰ ਇਕੱਠਿਆਂ ਕਰਕੇ ਆਪਾਂ ਪਾਰਟੀ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰੀਏ, ਸਾਰੇ ਗਿਲੇ ਸ਼ਿਕੇ ਮਿਟਾ ਕੇ ਪ੍ਰਧਾਨ ਜੀ ਦਾ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਸਾਥ ਦੇਈਏ, ਔਖੇ ਸਮੇਂ ਇਹ ਪਾਰਟੀ ਦੇ ਵਿੱਚ ਆਪਾਂ ਉਹਨਾਂ ਦੀ ਮਦਦ ਕਰੀਏ। ਬਹੁਤ ਹੀ ਸਤਿਕਾਰਯੋਗ ਸਾਰੇ ਹੀ ਸਾਧ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਸਾਰੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਭ ਸਾਥ ਦੇਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।